ਉਹ ਧਾਰਮਿਕ ਇਸ਼ੂ ਆ ਜਿੱਦਾਂ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਮਤਲਬ ਸਿੱਖਾਂ ਦੀ ਸਰਮੌਲ ਸੰਸਥਾ ਹੈ, ਜਦੋਂ ਵੀ ਕੋਈ ਇੱਦਾਂ ਦਾ ਮਸਲਾ ਹੁੰਦਾ ਤਾਂ ਉਹ ਸੱਦੇ ਦਾ ਹਮੇਸ਼ਾ ਹੀ। ਅਤੇ ਮੇਰਾ ਖਿਆਲ ਹੈ ਕਿ ਅਕਾਲ ਤਖਤ ਸਾਹਿਬ ਨੂੰ ਸਾਰੀਆਂ ਚੀਜ਼ਾਂ ਦਾ ਪਤਾ, ਕੋਈ ਦੱਸਣ ਦੀ ਲੋੜ ਨਹੀਂ, ਕੁਛ ਕਹਿਣ ਦੀ ਲੋੜ ਨਹੀਂ। ਸੋ ਮੈਨੂੰ ਆਸ ਹੈ ਕਿ ਅਕਾਲ ਤਖਤ ਸਾਹਿਬ ਦੇ ਜਹਿਦਾ ਜਿਹੜੇ ਸਿੱਖ ਰਹਿਤ ਮਰਿਆਦਾ 'ਚ ਔਰ ਸਿੱਖਾਂ ਦੀ ਉਮੀਦ ਅਨੁਸਾਰ ਪੂਰੀ ਦੁਨੀਆ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਦੇ ਜਹਿਦਾ ਦੇ ਫੈਸਲੇ ਨੂੰ ਜਿਹੜਾ ਉਹ ਵੇਟ ਕਰ ਰਹੀ ਆ, ਦੇਖ ਰਹੀ ਆ। ਅਤੇ ਕੋਈ ਨਹੀਂ, ਇਹ ਤਾਂ ਕਈ ਵਾਰ ਮਤਲਬ ਜਿਹੜੇ ਅਕਾਲ ਤਖਤ ਸਾਹਿਬ ਦੇ ਜਹਿਦਾਰਾਂ ਨੇ ਸੱਦਿਆ ਪੋਲੀਟੀਕਲ ਬੰਦਿਆਂ ਨੂੰ, ਇਹਨਾਂ ਨੂੰ ਅਕਾਲੀ ਦਲ ਵਾਲਿਆਂ ਨੂੰ, ਉਹਨਾਂ ਦਾ ਇਸ਼ੂ ਆ ਮੇਰਾ ਖਿਆਲ ਹੱਲ ਹੋ ਜਾਊ। ਅਕਾਲੀ ਸਰਕਾਰ ਸਮੇਂ ਗਲਤੀਆਂ ਹੋਈਆਂ ਜਿਸ ਤਰੀਕੇ ਨਾਲ, ਨਹੀਂ ਉਹ ਤਾਂ ਵੇਖੋ ਹਰ ਬੱਚੇ ਨੂੰ ਪਤਾ, ਉਹ ਆਪੇ ਕਹਿਣ ਡੇ ਇੱਕ ਦੂਜੇ ਨੂੰ, ਉਹ ਤਾਂ ਕਿਹੜੇ ਬੱਚੇ ਨੂੰ ਨਹੀਂ ਪਤਾ ਬਰਗਾੜੀ ਕਾਂਡ ਦਾ, ਕੋਟਕਪੂਰੇ ਦਾ, ਰਾਮ ਰਹੀਮ ਜੀ ਦੇ ਇਸ਼ੂ ਵਾਲਾ, ਕਿਹੜੇ ਬੰਦੇ ਨੂੰ ਪਤਾ, ਹਰ ਬੰਦੇ ਨੂੰ ਪਤਾ। ਸੋ ਮੈਂ ਇਹਦੇ 'ਚ ਬਹੁਤਾ ਨਹੀਂ ਕੁਝ ਕਹਿਣਾ ਚਾਹੁੰਦਾ, ਕਿਉਂਕਿ ਅਜੇ ਪਹਿਲਾਂ ਵੇਟ ਕਰਦੇ ਹਾਂ ਕਿ ਕੱਲ੍ਹ ਤਖਤ ਸਾਹਿਬ ਦੇ ਜਹਿਦਾ ਸਾਹਿਬ ਸਾਨੂੰ ਸਾਰਿਆਂ ਨੂੰ ਕੀ ਫੈਸਲਾ ਜਿਹੜਾ ਸੁਣਾਉਂਦੇ ਆ, ਕਿਉਂਕਿ ਉਹਨਾਂ ਦਾ ਫੈਸਲਾ ਸਿੱਖਾਂ ਦੇ ਹਮੇਸ਼ਾ ਹੀ ਸਿਰ ਮੱਥੇ ਕਬੂਲ ਕੀਤਾ ਲਾਜ਼ਮੀ, ਕਿਉਂਕਿ ਸਾਡੇ ਹੈੱਡ ਨੇ। ਮੇਰਾ ਖਿਆਲ ਹੈ ਉਹ ਜ਼ਰੂਰ ਸਿੱਖ ਭਾਵਨਾਵਾਂ ਦੇ ਅਨੁਸਾਰ ਅੱਛਾ ਫੈਸਲਾ ਕਰੇ। ਇੱਕ ਚੀਜ਼ ਦਾ ਮੰਤਰੀ ਸਾਹਿਬ ਸਵਾਲ ਖੜੇ ਹੋ ਰਹੇ ਨੇ ਕਿ ਜਿਨ੍ਹਾਂ ਨੇ ਜਿਹੜਾ ਸਟੀਮਾ ਜਾਂਚਣਾ ਪੱਤਰ ਉੱਥੇ ਦਿੱਤਾ ਹੈ, ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਇਹ ਸਾਰੇ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਰਹੇ, ਉਹਨੇ ਨਾਲ ਹੀ ਇਕੱਠੇ ਹੀ ਇਕੱਠਿਆਂ ਗਲਤੀਆਂ ਕੀਤੀਆਂ। ਦੇਖੋ ਉਹ ਤਾਂ ਕਹਿ ਰਹੇ, ਕੱਲ੍ਹ ਮੈਂ ਉਹ ਬੀਬੀ ਜਗੀਰ ਕੌਰ ਜੀ ਦਾ ਬਿਆਨ ਸੁਣਦਾ, ਇਹਨੂੰ ਕਹਿੰਦੇ ਕੀਤੀਆਂ ਇਕੱਠਿਆਂ ਕੀਤੀਆਂ, ਕਿਉਂਕਿ ਲੜ ਬਾਈ ਸੁਖਬੀਰ ਬਾਦਲ ਸੀਗੇ ਉਸ ਸਮੇਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਸਾਡੇ 'ਚ ਨਹੀਂ ਰਹੇ, ਉਹ ਮਤਲਬ ਪ੍ਰਧਾਨ ਵੀ ਸੀਗੇ ਤੇ ਚੀਫ ਮਿਨਿਸਟਰ ਵੀ ਸੀਗੇ, ਉਹ ਤਾਂ ਬੰਦੇ ਵੀ ਇਕੱਠਿਆਂ ਨੇ ਕੀਤੀਆਂ ਗਲਤੀਆਂ ਕੀਤੀਆਂ, ਪਹਿਲਾਂ ਬੋਲਣ ਦੀ ਜ਼ਰੂਰਤ ਸੀ। ਨਹੀਂ ਬੋਲਣਾ ਚਾਹੀਦਾ ਸੀ ਉਦੋਂ ਹੀ, ਵੇਖੋ ਜਦੋਂ ਇਹ ਇਸ਼ੂ ਹੁੰਦੇ ਆ ਉਦੋਂ ਹੀ ਜਿਹੜਾ ਸਹੀ ਸਿੱਖ ਸੀ ਉਹਨੂੰ ਉਦੋਂ ਹੀ ਬਾਅਦ ਆ ਜਾਣਾ ਚਾਹੀਦਾ ਸੀ। ਇਹ ਤਾਂ ਪੱਕਾ ਕਿ ਜਿਹੜੇ ਅੱਜ ਵਾਜਾ ਠਾ ਰਹੇ ਆ ਉਹਨਾਂ ਦੀ ਆਵਾਜ਼ ਦੀ ਉਨੀ ਵੈਲਿਊ ਨਹੀਂ ਰਹੀ ਜਿੰਨੀ ਉਦੋਂ ਰਹਿਣੀ ਸੀ ਜੇਕਰ ਉਦੋਂ ਆਵਾਜ਼ ਉਠਾਉਂਦੇ ਤੇ, ਪਰ ਅੱਜ ਵੀ ਠਾਈ ਉਹਨਾਂ, ਠੀਕ ਆ ਜੋ ਵੀ ਆ, ਠੀਕ ਆ, ਲੋਕਾਂ ਨੂੰ ਉਹ ਘੱਟੋ ਘੱਟ ਸਪਸ਼ਟ ਤਾਂ ਕਰ ਹੀ ਦੇ ਨਾ, ਉਹ ਹੋਰ ਪਾਰਟੀ ਦੋਸ਼ ਲਾਉਂਦੀ ਤੇ ਤਾਂ ਕਹਿਣਾ ਜੀ ਵਿਰੋਧੀਆਂ ਦੇ ਦੋਸ਼ ਆ ਜੀ ਫਲਾਨ ਆ, ਠੀਕ ਆ, ਉਹਨਾਂ ਦੇ ਆਪਣੇ ਹੀ ਤਾਂ ਕਹਿ ਰਹੇ ਕਿ ਸਾਡੇ ਕੋਲ ਗਲਤੀ ਹੋਈ। ਪ੍ਰੇਮ ਸਿੰਘ ਚੰਦੂ